ਨਾਜ਼ਰੀਨ ਪ੍ਰੋਗਰਾਮ ਮੇਰੇ ਅਲੀ ਦਲਾਲ ਡਾਕਟਰ ਮਹਿਮੂਦ ਕੋ ਅੱਛੀ ਤੁਹਾਡੀ ਖਿਦਮਤ ਚਾਹਦੇ ਰਹੇ ਇਸ ਵੇਲੇ ਅਸੀਂ ਅਯੂਬ ਐਗਰੀਕਲਚਰ ਰਿਸਰਚ ਇੰਸਟੀਚਿਊਟ ਫੈਸਲਾਬਾਦ ਦੇ ਵਿੱਚ ਮੌਜੂਦ ਆ ਤੇ ਅੱਜ ਸਾਡਾ ਜਿਹੜਾ ਮੌਜੂ ਹੈ ਇਹ ਬਹਾਰੀਆ ਮਕਈ ਦੀ ਕਾਸ਼ ਦੇ ਬਾਰੇ ਨਾਲ ਹੈ ਇਹ ਬਹਾਰੀਆ ਮਕਈ ਦੀ ਜਿਹੜੀ ਫਸਲ ਹੈ ਇਹ ਕਿਹੜੇ ਵੇਲੇ ਕਾਸ਼ ਕਰਨੀ ਹੈ ਬੀਜ ਦਾ ਇੰਤਖਾਬ ਕਿਵੇਂ ਕਰਨਾ ਹੈ ਔਰ ਇਸ ਤੋਂ ਬਾਅਦ ਜਿਹੜੀ ਮਿੱਟੀ ਔਰ ਪਾਣੀ ਦਾ ਟੈਸਟ ਕਰਾਉਣਾ ਕਿਹਾ ਜ਼ਰੂਰੀ ਹੈ ਜ਼ਮੀਨ ਦੀ ਤਿਆਰੀ ਕਿਵੇਂ ਕਰਨੀ ਹੈ ਪਾਣੀ ਕਿਹੜੇ ਕਿਹੜੇ ਵੇਲੇ ਲਾਣਾ ਤੇ ਇਸ ਤੋਂ ਬਾਅਦ ਖਾਦਾਂ ਦੀ ਕਿਹਾਂ ਜ਼ਰੂਰਤ ਹੁੰਦੀ ਹੈ ਤੇ ਕਿਹੜੀ ਕਿਹੜੀ ਖਾਦਾਂ ਪਾਣੀਆਂ ਨੇ ਜਿਹੜੀ ਬੂਟੀਆਂ ਦੀ ਤਲਫੀ ਵਾਸਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਜਿੱਥੇ ਸਿਹਤ ਹੈ ਉੱਥੇ ਬਿਮਾਰੀ ਵੀ ਹੈ ਜਿਸ ਤਰ੍ਹਾਂ ਸੇ ਬਿਮਾਰ ਹੋ ਜਾਂਦੇ ਐ ਇਸ ਤਰ੍ਹਾਂ ਸਾਡੀ ਫਸਲਾਂ ਵੀ ਬਿਮਾਰ ਹੋ ਜਾਂਦੀਆਂ ਤੇ ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੀ ਬਾਰੀਆਂ ਮਕੈਦੀ ਫਸਲ ਹੈ ਇਹਦੇ ਉੱਤੇ ਕਿਹੜੀ ਕਿਹੜੀ ਬਿਮਾਰੀਆਂ ਆਉਂਦੀਆਂ ਕਿਹੜੇ ਕਿਹੜੇ ਕੀੜੇ ਤੇ ਹਮਲਾਵਰ ਹੁੰਦੇ ਨੇ ਤੇ ਉਹ ਤੋਂ بچਾਉ ਦਾ ਤਰੀਕਾ ਕੀ ਹੈ ਇਹ ਸਾਰੀ ਗੱਲਾਂ ਜਾਣਨ ਵਾਸਤੇ ਅਸੀਂ ਇੱਥੇ ਮੌਜੂਦ ਹਾਂ ਨਾਜ਼ਰੀਨ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਜਿਹੜਾ ਹੈ ਐ ਸਵਾਲ ਤੋਂ ਮੈਂ ਕਰਾਂਗਾ ਕਿ ਮਲਕੀ ਮਿਹਸ਼ਤ ਦੇ ਵਿੱਚ ਮੇਜ਼ ਯਾਨੀ ਮੱਕਈ ਇਹਦਾ ਕੀ ਕਿਰਦਾਰ ਹੈ ਜੀ ਬismillahirrahmanirrahim ਮੱਕਈ ਸਾਡੇ ਮੁਲਕ ਦੀ ਅਹਿਮ ਫਸਲ ਹੈ ਜਿਹੜੀ ਕਿ ਗੰਧਮ ਔਰ ਚਾਵਲ ਤੋਂ ਬਾਅਦ ਸਭ ਤੋਂ ਜ਼ਿਆਦਾ ਰਕਬੇ ਤੇ ਕਾਸ਼ਤ ਕੀਤੀ ਜਾਂਦੀ ਹੈ ਤੇ ਮਕਈ ਦੀ ਫਸਲ ਜਿਹੜੀ ਆ ਇਹ ਸਦੀਆਂ ਤੋਂ ਇਨਸਾਨਾਂ ਦੀ ਖੁਰਾਕ ਜਾਨਵਰਾਂ ਦੀ ਖੁਰਾਕ ਜਿਹਦੇ ਵਿੱਚ ਪੋਲਟਰੀ ਦੀ ਖੁਰਾਕ ਔਰ ਲਾਈਫਸਟਾਕ ਲਈ ਸਬਜ਼ ਚਾਰੇ ਦੇ ਤੌਰ ਤੇ ਇਸਤੇਮਾਲ ਕੀਤੀ ਜਾਂਦੀ ਹੈ ਅੱਛਾ ਦੂਸਰਾ ਇਹ ਹੈ ਕਿ ਜੀ ਮਕਈ ਜਿਹੜੀ ਆ ਇਹਦੀ ਫੀ ਏਕੜ ਪੈਦਾਵਾਰ ਜਿਹੜੀ ਆ ਉਹ ਗੰਧਮ ਔਰ ਚਾਵਲ ਦੀ ਨਿਸਬਤ ਬਹੁਤ ਜ਼ਿਆਦਾ ਹੈ ਤੇ ਇਹਦੇ ਵਿੱਚ ਜਿਹੜਾ ਮੁxtਲਫ ਗਜ਼ਾਈ ਅਜਜ਼ਾ ਮਸਲਨ ਪ੍ਰੋਟੀਨ ਪਰੋ ਵਿਟਾਮਿਨ ਏ ਕਾਰਬੋਹਾਈਡਰੇਟਸ ਔਰ ਦੂਸਰੇ ਜਿਹੜੇ ਗਜ਼ਾਈ ਅਜਜ਼ਾ ਨੇ ਜਿਹੜੇ ਇਨਸਾਨ ਦੀ ਸਿਹਤ ਲਈ ਜ਼ਰੂਰੀ ਹੁੰਦੇ ਆ ਉਹਨਾਂ ਦੀ ਇੱਕ ਅੱਛੀ ਖਾਸੀ ਮਿਕਦਾਰ ਪਾਈ ਜਾਂਦੀ ਆ ਔਰ ਆਪਣੀ ਫੀ ਏਕੜ ਜ਼ਿਆਦਾ ਪੈਦਾਵਾਰ ਦੀ ਵਜ੍ਹਾ ਤੋਂ ਇਹ ਮਕਈ ਜਿਹੜੀ ਆ ਇਹਦੇ ਵਿੱਚ ਇਹ ਪੋਟੈਂਸ਼ੀਅਲ ਮੌਜੂਦ ਹੈ ਕਿ ਇਹ ਸਾਡੀ ਫੂਡ ਸਿਕਿਉਰਿਟੀ ਦਾ ਇੱਕ ਅਹਿਮ ਜ਼ਰੀਆ ਬਣ ਸਕਦੀ ਆ ਤੇ ਮਕਈ ਤੋਂ ਮੁxtਲਫ ਵੈਲਿਊ ਐਡਡ ਚੀਜ਼ਾਂ ਬਣਾ ਕੇ ਤੇ ਉਹ ملک ਤੋਂ ਬਾਹਰ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਜਿਹਦੇ ਤੋਂ ਕਾਫੀ ਜ਼ਿਆਦਾ ਅਜਰੇ ਮੁਬادله ਵੀ ਕੋਆਇਆ ਜਾ ਰਿਹਾ ਹੈ ਤੇ ਮਕਈ ਜਿਹੜੀ ਆ ਇਹ ਸਾਡੀ ਕੌਮੀ ਆਮਦਨੀ ਦੇ ਵਿੱਚ ਇਹਦਾ 0.6% ਹਿੱਸਾ ਹੈ ਮਕਈ ਦਾ ਅੱਛਾ ਡਾਕਟਰ ਸਾਹਿਬ ਮੈਂ ਪੁੱਛਣਾ ਚਾਹਾਂਗਾ ਕਿ ਜਿਸ ਲਈ ਅਸੀਂ ਕੋਈ ਵੀ ਫਸਲ ਕਾਸ਼ ਕਰਦੇ ਆ ਤੇ ਸਭ ਤੋਂ ਪਹਿਲੇ ਬੀਜ ਦਾ ਇੰਤਖਾਬ ਕੀਤਾ ਜਾਂਦਾ ਹੈ ਤੇ ਜਿਸ ਲਈ ਅਸੀਂ ਬਹਾਰੀਆ ਮਕਈ ਦੀ ਫਸਲ ਦੀ ਕਾਸ਼ ਦੀ ਗੱਲ ਕਰਾਂਗੇ ਤੇ ਤੁਸੀਂ ਕੀ ਕਹੋਗੇ ਕਿ ਬੀਜ ਦਾ ਇੰਤਖਾਬ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਚਾਹੀਦਾ ਜੇ ਕਿਸੇ ਵੀ ਫਸਲ ਦੀ ਬਿਹਤਰ ਔਰ ਜ਼ਿਆਦਾ ਪੈਦਾਵਾਰ ਲੈਣ ਲਈ ਸਭ ਤੋਂ ਬੁਨਿਆਦੀ ਚੀਜ਼ ਜਿਹੜੀ ਆ ਉਹ ਬੀਜ ਆ ਅਗਰ ਤੁਹਾਡਾ ਬੀਜ ਜਿਹੜਾ ਉਹ ਸਿਹਤਮੰਦ ਔਰ ਜਾਨਦਾਰ ਹੋਏਗਾ ਤੇ ਫਸਲ ਨੂੰ ਅੱਛਾ ਸਟਾਰਟ ਮਿਲੇਗਾ ਔਰ ਐਂਡ ਤੱਕ ਫਸਲ ਜਿਹੜੀ ਆ ਉਹ ਠੀਕ ਨਸ਼ਨਮਾ ਪਾਏਗੀ اور پیداوار ਜਿਹੜੀ ਆ ਉਹ ਠੀਕ حاصل ਕੀਤੀ ਜਾ ਸਕਦੀ ਆ ਤੇ ਇਸ ਵਾਸਤੇ ਮਕਈ ਦੇ ਵਾਸਤੇ ਵੀ ਜਿਹੜਾ ਸਭ ਤੋਂ ਪਹਿਲੋ ਬੀਜ ਦਾ ਇੰਤਖਾਬ ਏ ਔਰ ਵੈਰਾਈਟੀ ਦਾ ਇੰਤਖਾਬ ਏ ਉਹ ਬਹੁਤ ਜ਼ਰੂਰੀ ਏ ਤੇ ਹੁਣ ਚੁੱਕੇ ਬਹਾਰੀਆਂ ਮੌਸਮ ਏ ਤੇ ਬਹਾਰੀਆਂ ਮੌਸਮ ਦੇ ਵਿੱਚ ਸਾਨੂੰ ਉਹ ਕਿਸਮਾਂ ਸਿਲੈਕਟ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਗਰਮੀ ਔਰ شدید ਮੌਸਮੀ ਹਾਲਾਤ ਦੇ ਖਿਲਾਫ ਕੂਵਤ-ਏ-ਮੁਦਾਫਤ ਰੱਖਦੀਆਂ ਹੋਣ ਉਹਦੇ ਵਾਸਤੇ ਸਾਡਾ ਅਦਾਰਾ ਤਹਿਕੀਕਾਤ ਮਕਈ ਜਵਾਰ ਬਾਜਰਾ ਜਿਹੜਾ ਕਿ ਯੂਸਫ ਵਾਲਾ ਸਾਹੀਵਾਲ ਦੇ ਵਿੱਚ ਵਾਕਿਆ ਹੈ ਔਰ ਆਯੂਬ ਰਿਸਰਚ ਦਾ ਇੱਕ ਜ਼ੈਲੀ ਅਦਾਰਾ ਹੈ ਜਿਹਦੇ ਵਿੱਚ ਮੱਕਈ ਤੇ ਤਹਿਕੀਕਾਤ ਦਾ ਕੰਮ ਜਿਹੜਾ ਉਹ ਤਕਰੀਬਨ 1960 ਤੋਂ ਚੱਲ ਰਹੀ ਹੈ ਤੇ ਸਾਡੇ ਅਦਾਰੇ ਦੀਆਂ ਇਸ ਸਪੈਸ਼ਲ ਬਹਾਰੀਆਂ ਮੌਸਮ ਦੇ ਵਾਸਤੇ ਤਿਆਰ ਕੀਤੀ ਗਈਆਂ اقسام ਜਿਨ੍ਹਾਂ ਵਿੱਚ ਹਾਈਬ੍ਰਿਡ ਕਿਸਮ ਜਿਹੜੀ ਆ ਉਹ ਵਾਈ ਐਚ 547 ਹੈ ਇਦੇ ਵਿੱਚ ਗਰਮੀ ਨੂੰ ਬਰਦਾਸ਼ਤ ਕਰਨ ਦੀ ਬਹੁਤ ਜ਼ਿਆਦਾ ਸਲਾਹੀਅਤ ਹੈ ਅਤੇ ਇਹਦੀ ਪੈਦਾਵਾਰੀ ਸਲਾਹੀਅਤ ਜਿਹੜੀ ਆ ਉਹ 130 ਤੋਂ 40 ਮਾਣ ਇਹਦੀ ਪੈਦਾਵਾਰੀ ਸਲਾਹੀਅਤ ਹੈ ਜਦਕਿ ਪੰਜਾਬ ਦੇ ਵਿੱਚ ਇਹਦੀ ਔਸਤ ਪੈਦਾਵਾਰ ਜਿਹੜੀ ਆ ਉਹ 97 ਮਾਣ فی ਏਕੜ ਹੈ ਤੇ ਮੈਂ ਇਹ ਕਾਸ਼ਕਾਰ ਭਾਈਆਂ ਨੂੰ ਕਹਿਣਾ ਚਾਹਾਂਗਾ ਕਿ ਬੀਜ ਉਹ ਖਾ ਕਿਸੇ ਪਬਲਿਕ ਸੈਕਟਰ ادارے ਦਾ ਇਸਤੇਮਾਲ ਕਰਨ ਜਾਂ ਕਿਸੇ ਪ੍ਰਾਈਵੇਟ ادارے ਦਾ ਇਸਤੇਮਾਲ ਕਰਨ ਉਹ ਕਿਸੇ ਜ਼म्मेदार ਔਰ ਰਜਿਸਟਰ ਡੀਲਰ ਦੇ ਕੋਲੋਂ ਬੀਜ ਖਰੀਦਣ ਔਰ ਅੱਛੀ ਤਰ੍ਹਾਂ ਬੀਜ ਦੀ ਪਹਿਚਾਨ ਕਰਕੇ ਔਰ ਗਾਰੰਟੀ ਦੇ ਨਾਲ ਚੀਜ਼ ਲੈਣ ਔਰ ਉਸ ਬੀਜ ਦੀ ਰਸੀਦ ਜ਼ਰੂਰ ਲੈਣ ਔਰ ਉਹਦਾ ਖਾਲੀ ਬੈਗ ਵੀ ਜਿਹੜਾ ਉਹ ਐਂਡ ਤੱਕ ਸੰਭਾਲ ਕੇ ਰੱਖਣ ਕਿਉਂਕਿ ਅਗਰ ਬੀਜ ਦੇ ਮਾਮਲੇ ਦੇ ਵਿੱਚ ਕੋਈ ਗਲਤ ਕਿਸਮ ਦਾ ਬੀਜ ਜਿਹੜਾ ਉਹ ਕਿਸਾਨ ਕੋਲ ਚਲਾ ਜਾਵੇ ਤੇ ਬਾਅਦ ਦੇ ਵਿੱਚ ਉਹਦੀ ਸ਼ਿਕਾਇਤ ਔਰ ਉਹਦਾ ਅਜ਼ਾਲਾ ਵੀ ਕੀਤਾ ਜਾ ਸਕੇ ਤੇ ਅੱਛਾ ਬੀਜ ਹਾਸਲ ਕਰਨ ਤੋਂ ਬਾਅਦ ਬੀਜਣ ਤੋਂ ਪਹਿਲਾਂ ਉਹਨੂੰ ਦਵਾਈ ਜ਼ਰੂਰ ਲਾਉਣੀ ਹੈ ਕਿਉਂਕਿ ਬਹਾਰੀਆਂ ਮੌਸਮ ਦੇ ਵਿੱਚ ਜਿਹੜਾ ਬੀਜ ਹੈ ਉਹ ਜ਼ਿਆਦਾ ਦਿਨ ਜ਼ਮੀਨ ਦੇ ਅੰਦਰ ਰਹਿੰਦਾ ਹੈ ਜਿਹੜਾ ਕਿ ਉੱਗਣ ਤੋਂ ਚੁੱਕੇ درجہ ਹਰਾਰਤ ਕਮ ਹੁੰਦਾ ਹੈ ਤੇ ਉੱਗਣ ਵਾਸਤੇ 15 ਤੋਂ 20 ਦਿਨ ਲੈ ਜਾਂਦਾ ਹੈ ਤੇ ਅਗਰ ਇੰਨੇ ਦਿਨ ਚੁੱਕੇ ਬੀਜ ਜਿਹੜਾ ਉਹ ਜ਼ਮੀਨ ਦੇ ਅੰਦਰ ਰਹਿੰਦਾ ਅਗਰ ਜ਼ਮੀਨ ਦੇ ਵਿੱਚ ਕੋਈ ਫੰਗਸ ਵਗੈਰਾ ਦਾ ਕਲਚਰ ਹੋਵੇ ਤੇ ਉਹ ਬੀਜ ਨੂੰ ਖਰਾਬ ਕਰ ਸਕਦਾ ਹੈ ਇਸ ਵਾਸਤੇ ਬੀਜ ਨੂੰ ਦਵਾਈ ਲਾ ਕੇ ਜਿਹੜਾ ਉਹ ਕਾਸ਼ ਕਰਨਾ ਚਾਹੀਦਾ اچھا ਡਾਕਟਰ ਸਾਹਿਬ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਜ਼ਮੀਨ ਦੀ ਤਿਆਰੀ ਜਿਹੜੀ ਇਹ ਉਹ ਕਿਸ ਤਰ੍ਹਾਂ ਕਰਨੀ ਹੈ ਤੇ ਨੰਬਰ 2 ਜਿਸਲੇ ਬਾਜ਼ੁਕਾਤ ਲੇਟ ਹੋ ਜਾਵੇ ਜਾਂ ਜਿਹੜਾ ਟੈਂਪਰੇਚਰ ਵੱਧ ਜਾਵੇ ਤੇ ਉਸ ਵੇਲੇ ਅਸੀਂ ਕੀ ਸਦਾਬਾਪ ਕਰਨਾ ਸਭ ਤੋਂ ਪਹਿਲਾਂ ਤੇ ਜ਼ਮੀਨ ਜਿਹੜੀ ਆ ਉਹ ਇਹਦੇ ਵਾਸਤੇ ਭਾਰੀ ਮਹਿਰਾ ਜ਼ਮੀਨ ਜਿਹੜੀ ਆ ਉਹਦਾ ਇੰਤਖਾਬ ਕਰਨਾ ਚਾਹੀਦਾ ਹੈ ਤੇ ਜ਼ਮੀਨ ਦੇ ਇੰਤਖਾਬ ਤੋਂ ਬਾਅਦ ਉਹਦੀ ਤਿਆਰੀ ਦਾ ਸਭ ਤੋਂ ਅਹਿਮ ਮرحله ਇਹ ਹੈ ਕਿ ਜ਼ਮੀਨ ਜਿਹੜੀ ਆ ਉਹਦਾ ਲੈਵਲ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਅਗਰ ਜ਼ਮੀਨ ਨੂੰ ਜ਼ਰੂਰਤ ਆ ਤੇ ਲੇਜ਼ਰ ਲੈਂਡ ਲੈਵਲਰ ਦੀ ਮਦਦ ਦੇ ਨਾਲ ਸਭ ਤੋਂ ਪਹਿਲਾਂ ਖੇਤ ਨੂੰ ਹਮਵਾਰ ਕਰਨਾ ਚਾਹੀਦਾ ਕਿਉਂਕਿ ਅਗਰ ਖੇਤ ਹਮਵਾਰ ਨਾ ਹੋਵੇ ਤੇ ਜਦੋਂ ਅਸੀਂ ਉਹਦੇ ਵਿੱਚ ਖੇਲੀਆਂ ਬਣਾ ਕੇ ਤੇ ਬੀਜ ਕਾਸ਼ਤ ਕਰਨਿਆਂ ਤੇ ਜਿੱਥੋਂ ਖੇਤ ਦਾ ਲੈਵਲ ਜਿਹੜਾ ਉਹ ਗਹਿਰਾ ਹੋਵੇ ਉੱਥੇ ਪਾਣੀ ਖੜਾ ਹੋਣ ਦੇ ਚਾਂਸ ਹੁੰਦੇ ਆ ਤੇ ਪਾਣੀ ਅਗਰ ਉੱਥੇ ਖੜਾ ਹੋ ਜੇ ਤੇ ਫਿਰ ਮੱਕਈ ਦਾ ਬੀਜ ਜਿਹੜਾ ਉਹ اگ ਨਹੀਂ ਪੌਂਦਾ ਤੇ ਜਿੱਦੀ ਵਜ੍ਹਾ ਨਾਲ ਫੀ ਏਕੜ ਪੌਦਿਆਂ ਦੀ ਤਦਾਦ ਜਿਹੜੀ ਘਟ ਜਾਂਦੀ ਆ ਤੇ ਉਹਦੇ ਮੱਕਈ ਦੀ ਜਿਹੜੀ ਪੈਦਾਵਾਰ ਆ ਉਹਦਾ ਮਤਲੂਬਾ ਹدف ਜਿਹੜਾ ਉਹ ਪੂਰਾ ਨਹੀਂ ਹੋ ਸਕਦਾ ਇਸ ਵਾਸਤੇ ਜ਼ਮੀਨ ਦੀ ਤਿਆਰੀ ਵਾਸਤੇ ਸਭ ਤੋਂ ਪਹਿਲੋ ਖੇਤ ਨੂੰ ਲੇਜ਼ਰ ਲੈਂਡ ਲੈਵਲਰ ਚਲਾ ਕੇ ਹਮਵਾਰ ਕਰਨਾ ਚਾਹੀਦਾ ਉਸ ਤੋਂ ਬਾਅਦ ਦੋ ਹਾਲ ਔਰ ਦੋ ਸਹਾਗੇ ਚਲਾ ਕੇ ਤੇ ਜ਼ਮੀਨ ਨੂੰ ਨਰਮ ਔਰ ਅੱਛੀ ਤਰ੍ਹਾਂ ਬੁਰਬਰੀ ਕਰ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਫਿਰ 2.5 ਫੁੱਟ ਚੌੜੀਆਂ ਖੇੜਾਂ ਕੱਢ ਕੇ ਤੇ ਮੱਕਈ ਨੂੰ ਜਿਹੜਾ ਕਾਸ਼ਤ ਕਰਨਾ ਚਾਹੀਦਾ ਮੱਕਈ ਦੀ ਬਿਹਤਰ ਪੈਦਾਵਾਰ ਜਿਹੜੀ ਆ ਉਹ ਖੇੜਾਂ ਦੇ ਉੱਤੇ ਹੀ ਆਉਂਦੀ ਆ ਜਦਕਿ ਜਿਹੜੇ ਦੂਸਰੇ ਤਰੀਕੇ ਕਿਸਾਨ ਮਤਲਬ ਇਸਤੇਮਾਲ ਕਰਦੇ ਆ ਫਲੈਟ ਬੈਡ ਵਗੈਰਾ ਉਹਦੇ ਉੱਤੇ ਮੱਕਈ ਦੀ ਪੈਦਾਵਾਰ ਪੂਰੀ ਨਹੀਂ ਆ ਸਕਦੀ ਡਾਕਟਰ ਸਾਹਿਬ ਜਿਸਲੇ ਸੀ ਬਹਾਰੀ ਮਕਈ ਕਾਸ਼ ਕਰਨੇ ਆ ਤੇ ਇਹਦੇ ਕਿਹੜੇ ਕਿਹੜੇ ਤਰੀਕੇ ਨੇ ਕਾਸ਼ ਕਰਨ ਦੇ ਜੀ ਮਕਈ ਦੀ ਕਾਸ਼ਤ ਵਾਸਤੇ ਜਦੀਦ ਮਸ਼ੀਨਰੀ ਦਾ ਇਸਤੇਮਾਲ ਜਿਹੜਾ ਉਹ ਬਹੁਤ ਜ਼ਰੂਰੀ ਆ ਜਿਹਦੇ ਵਿੱਚ ਮੇਜ਼ ਪਲਾਂਟਰ ਜਿਹੜਾ ਇਹ ਇੱਕ ਬਹੁਤ ਅੱਛੀ ਇਜਾਦ ਆ ਔਰ ਪਲਾਂਟਰ ਦੇ ਨਾਲ ਅਗਰ ਮਕਈ ਕਾਸ਼ਤ ਕੀਤੀ ਜਾਵੇ ਤੇ ਇਹਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਇਹ ਪਲਾਂਟਰ ਜਿਹੜਾ ਇਹ ਨੰਬਰ ਆਫ ਸੀਡਸ ਯਾਨੀ ਪੌਦਿਆਂ ਦੇ ਬੀਜ ਦੀ ਤਦਾਦ ਦੇ ਲਿਹਾਜ਼ ਦੇ ਨਾਲ ਪੌਦਿਆਂ ਨੂੰ ਕਾਸ਼ਤ ਕਰੇਗਾ ਇਹਦੇ ਨਾਲ ਪੌਦਿਆਂ ਦੀ ਫੀ ਏਕੜ ਤਦਾਦ ਜਿਹੜੀ ਆ ਉਹ ਪੂਰੀ ਹੋਵੇਗੀ ਖੇਤ ਦੇ ਵਿੱਚ ਅੱਛਾ ਇਹ ਦੱਸੋ ਕਿ ਅਸੀਂ ਲਫ਼ਜ਼ ਸੁਣਨੇ ਆ ਮਿੱਟੀ ਪਾਣੀ ਦਾ ਟੈਸਟ ਤੇ ਇਹ ਜਿਹੜਾ ਮਿੱਟੀ ਪਾਣੀ ਦਾ ਤਜ਼ੀਆ ਕਰਾਣਾ ਹੈ ਇਹ ਬਹਾਰੀਆਂ ਮੱਕੀ ਫਸਲ ਦੇ ਵਿੱਚ ਵੀ ਜ਼ਰੂਰੀ ਹੈ ਇਹਦੇ ਨਾਲ ਪਤਾ ਚੱਲਦਾ ਹੈ ਕਿ ਜ਼ਮੀਨ ਦੇ ਵਿੱਚ ਕਿਹੜੇ غذਾਈ ਅਜza ਜਿਨ੍ਹਾਂ ਦੀ ਕਮੀ ਆ ਤਾਂ ਕਿ ਉਸ ਹਿਸਾਬ ਦੇ ਨਾਲ ਫਿਰ ਖਾਦਾਂ ਦਾ ਡਿਸਾਈਡ ਕੀਤਾ ਜਾਵੇ ਕਿ ਕਿਹੜੀਆਂ ਖਾਦਾਂ ਇਸਤੇਮਾਲ ਕਰਨੀਆਂ ਨੇ ਤੇ ਮਿੱਟੀ ਦੇ ਤਜ਼ੀਏ ਵਾਸਤੇ ਹਰ ਤਹਿਸੀਲ ਲੈਵਲ ਦੇ ਉੱਤੇ ਸਾਡੇ ਸਾਇਲ ਫਰਟਿਲਟੀ ਡਿਪਾਰਟਮੈਂਟ ਦੀਆਂ ਲੈਬਸ ਮੌਜੂਦ ਨੇ ਔਰ ਉਹਨਾਂ ਦੇ ਤਰਬੀਅਤ ਯਾਫਤਾ ਨਮਾਇंदे ਜਿਹੜੇ ਨੇ ਉਹ ਵੀ ਮੌਜੂਦ ਹੁੰਦੇ ਨੇ ਜਿਹੜੇ ਕਿ ਤੁਹਾਡੀ ਮਿੱਟੀ ਦਾ ਸੈਂਪਲ ਲੈ ਕੇ ਤੇ ਆਪਣੀ ਲੈਬਾਰਟਰੀ ਦੇ ਵਿੱਚ ਉਹਦਾ ਤਜ਼ੀਆ ਕਰਕੇ ਉਦੀ ਰਿਪੋਰਟ ਤੁਹਾਨੂੰ ਦੇ ਸਕਦੇ ਨੇ ਕਿ ਇਸ ਜ਼ਮੀਨ ਦੇ ਵਿੱਚ ਕਿਹੜੇ ਅਜਜ਼ਾ ਦੀ ਕਮੀ ਆ ਤੇ ਤੁਹਾਨੂੰ ਇੱਥੇ ਕਿਸ ਫਸਲ ਵਾਸਤੇ ਕਿਹੜੀਆਂ ਖਾਦਾਂ ਇਸਤੇਮਾਲ ਕਰਨੀਆਂ ਚਾਹੀਦੀਆਂ ਤੇ ਮੈਂ ਕਸ਼ਤਕਾਰ ਭਾਈਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਹਨਾਂ ਸਹੂਲਤਾਂ ਤੋਂ ਉਹ ਫਾਇਦਾ ਉਠਾਉਣ ਔਰ ਆਪਣੀ ਜ਼ਮੀਨ ਦਾ ਕਮਜ਼ ਕਮ ਸਾਲ ਜਾਂ 2 ਸਾਲ ਦੇ ਅੰਦਰ ਇੱਕ ਦਫਾ ਜਿਹੜਾ ਤਜਜ਼ੀਆ ਉਹ ਜ਼ਰੂਰੀ ਕਰਾਉਣ ਅਚਲ ਡਾਕਟਰ ਸਾਹਿਬ ਮੈਂ ਇਹ ਵੀ ਪੁੱਛਣਾ ਚਾਹਾਂਗਾ ਜਿਸਲੇ ਬਾਜ਼ੂਕਾ ਲੇਟ ਹੋ ਜਾਵੇ ਜਾਂ ਜਿਹੜਾ ਟੈਂਪਰੇਚਰ ਵੱਧ ਜਾਵੇ ਤੇ ਉਸ ਵੇਲੇ ਅਸੀਂ ਕੀ ਸਦੇਬਾਬ ਕਰਨਾ ਮਕਈ ਦੀ ਕਾਸ਼ਤ ਵਾਸਤੇ ਸਭ ਤੋਂ ਬਿਹਤਰੀਨ ਜਿਹੜਾ ਵਕਤ ਹੈ ਕਾਸ਼ਤ ਦਾ ਉਹ 5 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਹੈ ਇਸ ਦੌਰਾਨ ਜਿਹੜੀ ਕਾਸ਼ਤ ਕੀਤੀ ਹੋਈ ਫਸਲ ਆ ਉਹ ਚੁਕਿਏ ਬਹਾਰੀਆਂ ਮੌਸਮ ਦੇ ਵਿੱਚ ਫਸਲ ਮਕਈ ਜਿਹੜੀ ਆ ਇਹ ਫੁੱਲ ਆਉਣ ਤੇ ਤਕਰੀਬਨ 70 ਤੋਂ 75 ਦਿਨ ਲੈਂਦੀ ਆ ਇਸ ਅਰਸੇ ਦੇ ਦੌਰਾਨ ਜਿਹੜੀ ਫਸਲ ਕਾਸ਼ਤ ਕੀਤੀ ਹੈ ਉਹ درجہ حرਾਰਤ ਜ਼ਿਆਦਾ ਹੋਣ ਤੋਂ ਪਹਿਲਾਂ ਪਹਿਲਾਂ ਆਪਣਾ ਫੁੱਲ ਆਉਣ ਦਾ ਮرحله ਜਿਹੜਾ ਉਹ ਮੁਕੰਮਲ ਕਰ ਲੇਗੀ ਤੇ ਅਗਰ ਉਸ ਮرحله ਦੇ ਉੱਤੇ ਜਿਹੜਾ درجہ ਹਰਾਰਤਾ ਉਹ 35 ਡਿਗਰੀ ਸੈਂਟੀਗ੍ਰੇਡ ਤੋਂ ਜ਼ਿਆਦਾ ਹੋ ਜਾਏ ਤੇ ਫਿਰ ਫੁੱਲਾਂ ਦੇ ਵਿੱਚ ਜਿਹੜਾ ਪੋਲੀਨੇਸ਼ਨ ਦਾ ਅਮਲ ਆ ਔਰ ਉਸ ਤੋਂ ਬਾਅਦ ਦਾਣਾ ਬਣਨ ਦਾ ਅਮਲ ਆ ਉਹ ਸਹੀ ਤਰ੍ਹਾਂ ਮੁਕੰਮਲ ਨਹੀਂ ਹੁੰਦਾ ਜਿਸ ਦੀ ਵਜ੍ਹਾ ਤੋਂ ਪੈਦਾਵਾਰ ਦੇ ਵਿੱਚ ਕਮੀ ਹੋ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਮੇਰਾ ਇੱਕ ਜ਼ਿੰਮਨੀ ਜਿਹਾ ਸਵਾਲ ਹੈ ਤੁਸੀਂ ਫੁੱਲ ਦਾ ਦੱਸਿਆ ਹੈ ਤੇ ਇਸ ਅਮਲ ਦੇ ਦੌਰਾਨ ਕੀ ਪਾਣੀ ਦੇਣਾ ਜ਼ਰੂਰੀ ਹੈ ਕਿ ਪਾਣੀ ਘਟ ਦੇਣਾ ਜੀ ਇਹ ਫਸਲ ਮੱਕਈ ਦੀ ਇੱਕ ਬਹੁਤ ਹੀ ਅਹਿਮ ਸਟੇਜ ਆ ਫੁੱਲ ਆਉਣ ਦੀ ਸਟੇਜ ਜਿਹੜੀ ਆ ਇਸ ਸਟੇਜ ਦੇ ਉੱਤੇ ਪਾਣੀ ਦੀ ਕਦੀ ਵੀ ਕਮੀ ਨਹੀਂ ਹੋਣੀ ਚਾਹੀਦੀ ਫਸਲ ਨੂੰ ਅਗਰ ਇਸ ਸਟੇਜ ਦੇ ਉੱਤੇ ਪਾਣੀ ਦੀ ਕਮੀ ਆ ਜਾਏ ਤੇ ਫਸਲ ਦਾ ਜਿਹੜਾ ਦਾਣਾ ਬਨਨ ਦਾ ਅਮਲ ਆ ਉਹ متاثر ਹੁੰਦਾ ਔਰ ਪੈਦਾਵਾਰ ਜਿਹੜੀ ਆ ਉਹਦੇ ਨਾਲ ਬਹੁਤ ਜ਼ਿਆਦਾ متاثر ਹੁੰਦੀ ਆ ਬਹਾਰੀਆਂ ਮੌਸਮ ਦੇ ਵਿੱਚ ਮੱਕਈ ਨੂੰ ਤਕਰੀਬਨ 12 ਤੋਂ 14 ਪਾਣੀ ਜਿਹੜੇ ਆ ਉਹਨਾਂ ਦੀ ਜ਼ਰੂਰਤ ਹੋ ਜਾਂਦੀ ਹੈ ਤੇ ਅਗਰ درجہ ਹਰਾਰਤ ਜ਼ਿਆਦਾ ਹੋ ਜਾਏ ਤੇ ਫਿਰ ਕਾਸ਼ਤਕਾਰ ਭਾਈਆਂ ਨੂੰ ਚਾਹੀਦਾ ਕਿ ਉਹ ਪਾਣੀ ਦਾ ਦੌਰਾਨੀਆਂ ਜਿਹੜਾ ਉਹ ਕੰਮ ਕਰ ਦੇਣ ਮਸਲਨ ਅਗਰ ਪਹਿਲੋਂ 8 ਤੋਂ 10 ਦਿਨ ਬਾਅਦ ਪਾਣੀ ਲਗਾ ਰਹੇ ਆ ਤੇ ਉਹ ਦੋ ਚਾਰ ਪਾਣੀ ਜਿਹੜੇ ਆ ਫਲਾਵਰਿੰਗ ਫੁੱਲਾਂ ਵਾਲੀ ਸਟੇਜ ਤੇ ਉਹ 5 ਤੋਂ 6 ਦਿਨ ਦੇ ਵਕਫੇ ਨਾਲ ਲਾਉਣ ਅਜਾ ਡਰਸਾ ਬਸੀ ਦੇਖਨੇ ਆ ਕਿ ਮੱਕੀ ਦਾ ਅਗਰ ਦਾਣਾ ਸਿਹਤਮੰਦ ਹੋਵੇ ਮੋਟਾ ਹੋਵੇ ਤੇ ਫਸਲ ਸਿਹਤਮੰਦ ਹੋਏਗੀ ਔਰ ਓਦਾ ਝਾੜ ਵੀ ਬਹੁਤਾ ਹੋਏਗਾ ਔਰ ਵਜ਼ਨ ਵੀ ਜ਼ਿਆਦਾ ਹੋਏਗਾ ਤੇ ਜਿਹੜੇ ਕਾਸ਼ਕਾਰ ਭਰਾ ਇਸ ਲਈ ਸਾਡਾ ਪ੍ਰੋਗਰਾਮ ਵੇਖਦੇ ਪਏ ਨੇ ਤੇ ਉਹ ਦਾਣਾ ਜਿਹੜਾ ਹੈ ਉਹ ਮੋਟਾ ਕਰਨਾ ਚਾਹੁੰਦੇ ਨੇ ਸਿਹਤਮੰਦ ਕਰਨਾ ਚਾਹੁੰਦੇ ਨੇ ਉਹਦਾ ਕੀ ਤਰੀਕਾ ਜੀ ਦਾਣਾ ਮੋਟਾ ਕਰਨ ਵਾਸਤੇ ਸਭ ਤੋਂ ਪਹਿਲਾਂ ਤੇ ਜਿਹੜੀਆਂ ਤਿਆਰੀ ਦੇ ਵਕਤ ਖਾਦਾਂ ਨੇ ਉਹ ਬਹੁਤ ਜ਼ਰੂਰੀ ਨੇ ਜਿਨ੍ਹਾਂ ਦੇ ਵਿੱਚ ਫਾਸਫੋਰਸ ਖਾਦ ਔਰ ਪੋਟਾਸ਼ ਜਿਹੜੀ ਆ ਇਹ ਬਹੁਤ ਜ਼ਰੂਰੀ ਆ ਇਹ ਤਿਆਰੀ ਦੇ ਵਕਤ ਜਦੋਂ ਖਾਦਾਂ ਪਾਈਆਂ ਜਾਂਦੀਆਂ ਨੇ ਤੇ ਇਹਨਾਂ ਦਾ ਅਸਰ ਜਿਹੜਾ ਉਹ ਐਂਡ ਤੱਕ ਦਾਣਾ ਬਣਨ ਤੱਕ ਇਹਨਾਂ ਦਾ ਅਸਰ ਕਾਇਮ ਰਹਿੰਦਾ। ਦੂਸਰੀ ਜਿਹੜੀ ਯੂਰੀਆ ਖਾਦ ਦੀ ਮਿਕਦਾਰ ਆ ਉਹ ਲਾਜ਼ਮੀ ਫੁੱਲ ਆਉਣ ਤੋਂ ਪਹਿਲੋਂ-ਪਹਿਲੋਂ ਉਹਦੀਆਂ ਤਮਾਮ ਖੁਰਾਕਾਂ ਜਿਹੜੀਆਂ ਉਹ ਮੁਕੰਮਲ ਕਰ ਲੈਣੀਆਂ ਚਾਹੀਦੀਆਂ। ਇਸ ਤਰ੍ਹਾਂ ਫੁੱਲ ਆਉਣ ਤੋਂ ਪਹਿਲੋਂ ਅਗਰ ਖਾਦਾਂ ਜਿਹੜੀਆਂ ਉਹ ਮੁਕੰਮਲ ਹੋਣਗੀਆਂ ਤੇ ਫਿਰ ਦਾਣਾ ਜਿਹੜਾ ਉਹ ਸਿਹਤਮੰਦ ਬਣੇਗਾ ਔਰ ਉਹਦਾ ਵਜ਼ਨ ਜਿਹੜਾ ਉਹ ਜ਼ਿਆਦਾ ਹੋਵੇਗਾ। ਦੂਸਰਾ ਇਹ ਹੈ ਕਿ ਦਾਣਾ ਬਣਨ ਦਾ ਔਰ ਉਹਦਾ weight gain ਕਰਨ ਦਾ ਯਾਨੀ ਉਹਦਾ ਵਜ਼ਨ ਹਾਸਲ ਕਰਨ ਦਾ ਜਿਹੜਾ ਪੀਰੀਅਡ ਆ ਉਹ ਐਂਡ ਤੱਕ ਜਾਰੀ ਰਹਿੰਦਾ ਉਹਦੀ ਪਹਿਚਾਨ ਵਾਸਤੇ ਜਿਹੜਾ ਇੱਕ ਤੇ ਇਹ ਚੀਜ਼ ਹੈ ਕਿ ਬਹਾਰੀਆ ਮੱਕਈ ਜਿਹੜੀ ਆ ਇਹਦੇ ਵਿੱਚ ਸੀਜ਼ਨ ਵਿੱਚ ਫਸਲ ਜਿਹੜੀ ਆ ਉਹ ਪੱਕਣ ਦੇ ਵਿੱਚ 115 ਤੋਂ 20 ਦਿਨ ਰਹਿੰਦੀ ਆ ਤੇ ਪੂਰਾ ਵਜ਼ਨ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਤੇ ਤੁਹਾਡੀ ਫਸਲ ਜਿਹੜੀ ਆ ਉਹ 115 ਤੋਂ 20 ਦਿਨ ਜਿਹੜੀ ਆ ਉਹ ਖੇਤ ਵਿੱਚ ਰਹਿਣੀ ਚਾਹੀਦੀ ਆ ਇਸ ਅਰਸੇ ਤੋਂ ਬਾਅਦ ਤੁਸੀਂ ਛੱਲੀ ਦੇ ਉੱਤੋਂ ਇੱਕ ਉਹਦੇ ਨਿਚਲੇ ਹਿੱਸੇ ਤੋਂ ਦਾਣਾ ਤੋੜ ਕੇ ਦੇਖੋ ਉਹਦਾ ਦਾਣੇ ਦਾ ਉਹ ਸਿਰਾ ਜਿਹੜਾ ਕਿ ਤੁੱਕੇ ਦੇ ਨਾਲ ਅਟੈਚ ਹੁੰਦਾ ਹੈ ਅਗਰ ਉਹ ਸਿਰਾ ਬਲੈਕ ਹੋ ਜਾਵੇ ਕਾਲੇ ਰੰਗ ਦਾ ਹੋ ਜਾਵੇ ਤੇ ਇਹਦਾ ਮਤਲਬ ਆ ਕਿ ਹੁਣ ਦਾਣੇ ਨੇ ਜਿਹੜਾ ਉਹ ਪੌਦੇ ਤੋਂ ਵੇਟ ਹਾਸਲ ਕਰਨਾ ਜਿਹੜਾ ਉਹ ਖਤਮ ਕਰਤਾ ਖੁਰਾਕ ਲੈਣੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਆ ਤੇ ਇਹ ਉਹਦੀ ਹਾਰਵੈਸਟਿੰਗ ਦਾ ਜਿਹੜਾ ਇਹ ਮناسب ਵਕਤ ਤੇ ਤੇ ਇਸ ਤਰ੍ਹਾਂ ਪੂਰਾ ਟਾਈਮ ਦਿੱਤਾ ਜਾਵੇ ਤੇ ਫਿਰ ਉਹ ਪੂਰਾ ਵਜ਼ਨ ਜਿਹੜਾ ਉਹ ਹਾਸਲ ਹੋਵੇਗਾ ਤੇ ਡਾਕਟਰ ਸਾਹਿਬ ਤੁਸੀਂ ਜ਼ਿਕਰ ਤੁੱਕੇ ਦਾ ਕੀਤਾ ਅਸੀਂ ਤੁੱਕਾ ਜਿਹੜਾ ਇਹਨੂੰ ਤਾਂ ਐਵੇਂ ਜ਼ਾਇ ਚੀਜ਼ ਸਮਝਨੇ ਆ ਤੇ ਇਹਦੀ ਨਿਊਟ੍ਰੀਸ਼ਨ ਵੈਲਿਊ ਕੀ ਹੈ ਤੇ ਇਹਨੂੰ ਅਸੀਂ ਕਿਸ ਤਰ੍ਹਾਂ ਇਸਤੇਮਾਲ ਚ ਲਿਆ ਸਕਨੇ ਆ ਜੀ ਤੁਕਾ ਜਿਹੜਾ ਇਹ ਬਹੁਤ ਸਾਰੇ ਇਸਤੇਮਾਲ ਚ ਆਉਂਦਾ ਸਾਡੇ ਇਸ ਵਕਤ ਇਹਨੂੰ ਜਲਾ ਕੇ ਇੱਕ ਮੈਂ ਸਮਝਾਂਗਾ ਕਿ ਜ਼ਾਇਆ ਕੀਤਾ ਜਾ ਰਿਹਾ ਵਾ ਜਦਕਿ ਇਹਨੂੰ ਫੀਡ ਦੇ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਕਿਉਂਕਿ ਇਹਦੇ ਵਿੱਚ ਪ੍ਰੋਟੀਨ ਵਗੈਰਾ ਸਾਰੇ غذਾਈ ਅਜਜ਼ਾ ਜਿਹੜੇ ਨੇ ਉਹ ਇਹਦੇ ਵਿੱਚ ਵੀ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਇਲਾਵਾ ਇਹ ਤੁਕਾ ਔਰ ਜਿਹੜੇ ਆਪਣਾ ਛਲੀਆਂ ਦੇ ਉੱਤੋਂ ਜਿਹੜੇ ਪਰਦੇ ਲੱਤਦੇ ਨੇ ਇਹਨਾਂ ਦੇ ਉੱਤੇ ਮਸ਼ਰੂਮ ਕਾਸ਼ਤ ਕੀਤੇ ਜਾਂਦੇ ਨੇ ਤੇ ਇਹ ਮਸ਼ਰੂਮ ਜਿਹੜੇ ਕਿ ਖਾਣ ਵਾਲੀਆਂ ਖੁੰਬੀਆਂ ਜਿਹੜੀਆਂ ਨੇ ਉਹਨਾਂ ਦੀ ਬਹੁਤ ਅੱਛੀ ਖੁਰਾਕ ਦਾ ਜ਼ਰੀਆ ਹੈ ਤੇ ਇਹਨੂੰ ਜ਼ਾਇਆ ਨਹੀਂ ਕਰਨਾ ਚਾਹੀਦਾ ਬਲਕਿ ਇਹਨੂੰ ਇਸ ਮਕਸਦ ਲਈ ਇਸਤੇਮਾਲ ਕਰਨਾ ਚਾਹੀਦਾ ਮਲੀ ਸਾਹਿਬ ਜਿੱਥੇ ਸਿਹਤ ਤੇ ਉਥੇ ਬਿਮਾਰੀ ਵੀ ਹੈ ਜਿਸ ਤਰ੍ਹਾਂ ਇਨਸਾਨ ਬਿਮਾਰ ਹੋ ਜਾਂਦੇ ਨੇ ਇਸ ਤਰ੍ਹਾਂ ਸਾਡੀ ਫਸਲਾਂ ਵੀ ਬਿਮਾਰ ਹੋ ਜਾਂਦੀਆਂ ਤੇ ਜਿਹੜੀ ਬਹਾਰੀਆ ਮਕਈ ਹੈ ਕੀ ਇਹਦੇ ਵਿੱਚ ਵੀ ਕੋਈ ਬਿਮਾਰੀਆਂ ਦਾ ਅੰਸਰ ਹੈ ਵੇ ਔਰ ਇਹਦੇ ਵਿੱਚ ਵੀ ਕੋਈ ਕੀੜੇ ਹੈ ਨੇ ਉਹਨਾਂ ਦਾ ਤਦਾਰਕ ਕਿਵੇਂ ਕੀਤਾ ਜਾਏ। ਬਿਮਾਰੀਆਂ ਦੇ ਕਿਸੇ ਵੀ ਫਸਲ ਵਾਸਤੇ ਬਹੁਤ ਅਹਿਮਈਅਤ ਨੇ ਔਰ ਬਿਮਾਰੀਆਂ ਬਹੁਤ ਜ਼ਿਆਦਾ ਨੁਕਸਾਨ ਦਾ ਵਾਇਸ ਬਣ ਕੇ ਤੇ ਪੈਦਾਵਾਰ ਵਿੱਚ ਕਮੀ ਕਰਕੇ ਕਿਸਾਨ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਮੱਕਈ ਜਿਹੜੀ ਆ ਇਹ ਆਮ ਤੌਰ ਤੇ ਫੰਗਸ ਯਾਨੀ ਫਫੂੰਦੀ ਦੇ ਨਾਲ ਲੱਗਣ ਵਾਲੀਆਂ ਬਿਮਾਰੀਆਂ ਜਿਹੜੀਆਂ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਅਹਿਮ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੋਂ ਤੇ ਮੈਂ ਬੀਜ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਜ਼ਿਕਰ ਕਰਾਂਗਾ। ਇਹ ਵੀ ਫੰਗਸ ਦੀ ਵਜ੍ਹਾ ਤੋਂ ਬਿਮਾਰੀਆਂ ਲੱਗਦੀਆਂ ਨੇ ਬੀਜ ਨੂੰ ਇਸ ਫੰਗਸ ਦਾ ਕਲਚਰ ਜਿਹੜਾ ਉਹ ਜ਼ਮੀਨ ਦੇ ਅੰਦਰ ਮੌਜੂਦ ਹੁੰਦਾ ਇਹਦੇ ਵਾਸਤੇ ਇਹਨਾਂ ਫੰਗਸ ਵਾਲੀਆਂ ਬਿਮਾਰੀਆਂ ਤੋਂ ਬਚਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਬੀਜ ਨੂੰ ਦਵਾਈ ਲਾ ਕੇ ਕਾਸ਼ਤ ਕੀਤਾ ਜਾਵੇ ਅਗਰ ਬੀਜ ਨੂੰ ਅਸੀਂ ਫਫੂੰਦੀ ਕੁਛ ਜ਼ਹਿਰ ਲਗਾ ਕੇ ਕਾਸ਼ਤ ਕਰਾਂਗੇ ਤੇ ਉਹ ਇਹਨਾਂ ਬਿਮਾਰੀਆਂ ਤੋਂ ਜਿਹੜਾ ਉਹ ਫਸਲ ਜਿਹੜੀ ਮਹਿਫੂਜ਼ ਰਹੇਗੀ ਡਾਕਟਰ ਸਾਹਿਬ ਆਖਰ ਵਿੱਚ ਜਿਹੜੇ ਕਾਸ਼ਕਾਰ ਔਰ ਜ਼ਿੰਮੇਦਾਰ ਭਰਾ ਸਾਡੇ ਪ੍ਰੋਗਰਾਮ ਵੇਖ ਰਹੇ ਨੇ ਉਹਨਾਂ ਨੂੰ ਤੁਸੀਂ ਬਹਾਰੀਆ ਮੱਕਈ ਦੀ ਜ਼ਿਆਦਾ پیداوار ਲੈਣ ਵਾਸਤੇ ਕੋਈ ਪੈਗਾਮ ਦੇਣਾ ਪਸੰਦ ਕਰੋਗੇ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੋਂ ਬਹਾਰੀਆ ਮੱਕਈ ਦੀ ਕਾਸ਼ਤ ਵਿੱਚ ਤਾਖੀਰ ਨਾ ਕਰਨ ਇਹਦੀ ਕਾਸ਼ਤ ਜਿਹੜੀ ਜਿਵੇਂ ਮੈਂ ਦੱਸਿਆ ਕਿ ਉਹ 25 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਮੁਕੰਮਲ ਕੀਤੀ ਜਾਵੇ ਦੂਸਰਾ ਫਸਲ ਦੀਆਂ ਜਿਹੜੀਆਂ ਖਾਸ ਕ੍ਰਿਟੀਕਲ ਸਟੇਜਸ ਨੇ ਉਨ੍ਹਾਂ ਦੇ ਉੱਤੇ ਪਾਣੀ ਦੀ ਕਮੀ ਨਾ ਹੋਣ ਦਿੱਤੀ ਜਾਵੇ ਔਰ ਅਗਰ درجہ حرਾਰਤ ਗੈਰ ਮਾਮੂਲੀ ਹੱਦ ਤੱਕ ਵੱਧ ਜਾਏ ਜਿਹੜਾ ਕਿ ਆਮ ਤੌਰ ਤੇ April ਦੇ ਆਖਰ ਜਾਂ May ਦੇ ਵਿੱਚ ਜਿਹੜਾ درجہ ਹਰਾਰਤ ਉਹ 40 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਪੰਜਾਬ ਵਿੱਚ ਤੇ ਇਸ ਸੂਰਤ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ ਫਸਲ ਨੂੰ ਔਰ ਪਾਣੀ ਦਾ ਦੁਰਾਨੀਆਂ ਜਿਹੜਾ ਕੰਮ ਕਰ ਦੇਣਾ ਚਾਹੀਦਾ ਤੇ ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਹਰ ਇਲਾਕੇ ਦੇ ਵਿੱਚ ਯੂਨੀਅਨ ਕਾਉਂਸਲ ਲੈਵਲ ਤੇ ਸਾਡੇ ਮਹਿਕਮਾ ਜ਼ਰਾਤ ਤौसीਦੇ ਤਰਬੀਅਤ ਯਾਫਤਾ ਫੀਲਡ ਅਸਿਸਟੈਂਟ ਤੁਹਾਡੇ ਕੋਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਤੁਸੀਂ ਰਾਬਤਾ ਰੱਖੋ ਆਪਣੀ ਫਸਲ ਦੀ ਪੈਸਟ ਸਕਾਉਟਿੰਗ ਯਾਨੀ ਕੀੜਿਆਂ ਨੂੰ ਦੇਖਣਾ ਕਿ ਫਸਲ ਦੇ ਉੱਤੇ ਕੋਈ ਕੀੜੇ ਹਮਲਾਵਰ ਹੋਏ ਨੇ ਜਾਂ ਬਿਮਾਰੀ ਦਾ ਹਮਲਾ ਹੋਇਆ ਹੈ ਤੇ ਉਹਨਾਂ ਦੇ ਨਾਲ ਰਾਬਤਾ ਕਰਕੇ ਉਹਨਾਂ ਕੋਲ ਰਹਿਨਮਾਈ ਲਵੋ ਦੂਸਰਾ ਇਹ ਕਿ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਅਸੀਂ ਵੀ ਸਾਡੇ ਮਾਹਰੀਨ ਨੇ ਔਰ ਸਾਡੇ ادارے ਨੇ ਸੋਸ਼ਲ ਮੀਡੀਆ ਗਰੁੱਪਸ ਬਣਾਏ ਨੇ ਤੇ ਬਹੁਤ ਸਾਰੇ ਕਾਸ਼ਕਾਰ ਭਾਈ ਵੀ ਸੋਸ਼ਲ ਮੀਡੀਆ ਯੂਜ਼ਰ ਨੇ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਇਹ ਗਰੁੱਪ ਜੁਆਇਨ ਕਰਨ ਜਿਦੇ ਵਿੱਚ ਤੁਸੀਂ ਐਟ ਅ ਟਾਈਮ ਜਿਹੜੀ ਆ ਉਹ ਸਾਨੂੰ ਮੈਸੇਜ ਪਲੇਸ ਕਰਕੇ ਤੇ ਫਸਲ ਲਈ ਬਿਹਤਰ مشورہ ਲੈ ਸਕਦੇ ਆ